ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਪੈਰੋਲ ਲਈ ਪਾਈ ਗਈ ਪਟੀਸ਼ਨ ਨੇ ਸਾਰੇ ਗਲਿਆਰਿਆਂ 'ਚ ਚਰਚਾ ਤੇ ਵਿਵਾਦ ਦੇ ਦਰਵਾਜ਼ਿਆਂ ਤੇ ਪੂਰੀ ਦਸਤਕ ਦਿੱਤੀ। ਹਾਲਾਂਕਿ ਗੁਰਮੀਤ ਰਾਮ ਰਹੀਮ ਨੇ ਇਹ ਪਟੀਸ਼ਨ ਵਾਪਸ ਲੈ ਲਈ ਹੈ, ਪਰ ਫੇਰ ਵੀ ਸਾਰੇ ਪਾਸੇ ਹਰਿਆਣਾ ਦੀ ਖੱਟੜ ਸਰਕਾਰ ਨੂੰ ਵੀ ਇਸ ਪੈਰੋਲ ਦਾ ਸਮਰਥਨ ਕਰਨ ਤੇ ਸਾਰੇ ਪਾਸਿਓਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਬਠਿੰਡਾ 'ਚ ਇੱਕ ਪ੍ਰੈਸ ਕਾਨਫਰੰਸ ਕਰਕੇ ਪੈਰੋਲ ਦੇ ਮੁੱਦੇ ਤੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬਲਾਤਕਾਰ ਅਤੇ ਕਤਲ ਵਰਗੀਆਂ ਸਜ਼ਾਵਾਂ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇ ਕੇ ਸਰਕਾਰ ਅੱਗ ਨਾਲ ਖੇਡਣ ਦਾ ਯਤਨ ਕਰ ਰਹੀ ਹੈ। ਦਾਦੂਵਾਲ ਨੇ ਇਸ ਮੁੱਦੇ ਤੇ ਗੱਲ ਕਰਦਿਆਂ ਹਰਿਆਣਾ ਸਰਕਾਰ ਨੂੰ ਤਿੱਖੇ ਸ਼ਬਦਾਂ 'ਚ ਕਿਹਾ ਕਿ ਜੇਕਰ ਇਹ ਬਲਾਤਕਾਰ ਹਰਿਆਣਾ ਕੈਬਨਿਟ ਮੰਤਰੀਆਂ ਅਤੇ ਮੁੱਖ ਮੰਤਰੀ ਦੀਆਂ ਆਪਣੀਆਂ ਧੀਆਂ ਭੈਣਾਂ ਨਾਲ ਹੋਇਆ ਹੁੰਦਾ ਤਾਂ ਵੀ ਕੀ ਰਾਮ ਰਹੀਮ ਦੀ ਪੈਰੋਲ ਲਈ ਸਿਫਾਰਿਸ਼ ਕੀਤੀ ਜਾਂਦੀ। ਦੂਜੇ ਪਾਸੇ ਮੋੜ ਮੰਡੀ ਬੰਬ ਧਮਾਕਾ, ਬਰਗਾੜੀ ਕਾਂਡ ਅਤੇ ਬੇਅਦਬੀ ਮਾਮਲਿਆਂ ਦਾ ਸਾਰਾ ਸੰਬੰਧ SIT ਵੱਲੋਂ ਡੇਰੇ ਨਾਲ ਦੱਸਿਆ ਜਾਣ ਤੇ ਕੈਪਟਨ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੇ ਬਰਗਾੜੀ 'ਚ ਖਾਧੀਆਂ ਸੌਹਾਂ ਦਾ ਜਵਾਬ ਮੰਗਿਆ। ਕਾਤਲ ਤੇ ਕੁਕਰਮੀ ਸੌਦਾ ਸਾਧ ਪਖੰਡੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੀ ਸਿਫਾਰਸ਼ ਕਰਕੇ ਮਨੋਹਰ ਲਾਲ ਖੱਟੜ ਹਰਿਆਣਾ ਦੀ ਸਰਕਾਰ ਅੱਗ ਨਾਲ ਖੇਡਣ ਦਾ ਯਤਨ ਕਰ ਰਹੀ ਹੈ, ਜਿਸ ਨੂੰ ਇਨਸਾਫ਼ ਪਸੰਦ ਕਿਸੇ ਵੀ ਧਰਮ ਦਾ, ਭਾਈਚਾਰੇ ਦਾ, ਦੇਸ਼ਵਾਸੀ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ। ਜਿਸ ਤਰ੍ਹਾਂ ਖੱਟੜ ਸਰਕਾਰ ਨੇ ਪਹਿਲਾਂ ਉਹਦੇ ਫੈਸਲੇ ਵੇਲੇ ਪੰਚਕੂਲੇ ਉਹਨੂੰ ਭਰੋਸੇ 'ਚ ਲਿਜਾ ਕੇ ਲਿਜਾਣਾ ਕੀਤਾ, ਇਸ ਗੱਲ ਦੀ ਅਸੀਂ ਸ਼ਲਾਘਾ ਕਰਦੇ ਹਾਂ। ਤਾਂ ਹੀ ਉਹ ਡੇਰੇ 'ਚੋਂ ਨਿਕਲ ਕੇ ਉੱਥੇ ਪੰਚਕੂਲੇ ਪਹੁੰਚ ਗਿਆ, ਕਿਉਂਕਿ ਖੱਟੜ ਸਰਕਾਰ ਨੇ ਪੂਰਾ ਉਹਦੇ 'ਚ ਯੋਗਦਾਨ ਪਾਇਆ। ਪਰ ਹੁਣ 2 ਸਾਲਾਂ ਬਾਅਦ ਹੀ ਖੱਟੜ ਸਰਕਾਰ ਗੋਡਿਆਂ ਭਾਰ ਹੋ ਗਈ ਉਹਦੇ ਅੱਗੇ ਅਤੇ ਉਹਦੀ ਪੈਰੋਲ ਦੀਆਂ ਸਿਫਾਰਿਸ਼ਾਂ ਕਰ ਰਹੀ ਆ। ਮਨੋਹਰ ਲਾਲ ਖੱਟੜ, ਅਨਿਲ ਵਿਜ, ਰਾਮ ਵਿਲਾਸ ਸ਼ਰਮਾ ਜਿਹੜੇ ਉਹਦੇ ਕੈਬਨਿਟ ਮਿਨਿਸਟਰ ਆ, ਸਾਰੇ ਕਹਿ ਰਹੇ ਤੇ ਉਹਦਾ ਚਾਲ ਚੱਲਣ ਬੜਾ ਚੰਗਾ। ਮੈਂ ਪੁੱਛਣਾ ਚਾਹੁੰਦਾ ਹਰਿਆਣੇ ਦੀ ਇਹ ਸਾਰੀ ਕੈਬਨਿਟ ਅਤੇ ਸਰਕਾਰ ਨੂੰ ਕਿ ਜਿਨ੍ਹਾਂ ਧੀਆਂ ਨਾਲ ਬਲਾਤਕਾਰ ਹੋਇਆ ਅਤੇ ਜਿਨ੍ਹਾਂ ਦੇ ਕਤਲ ਹੋਏ ਆ, ਜਿਨ੍ਹਾਂ 'ਚ ਉਹਨੂੰ ਸਜਾਵਾਂ, ਉਹਦੇ 'ਤੇ ਕੋਈ ਇਲਜ਼ਾਮ ਨਹੀਂ ਆ, ਉਹਨੂੰ ਸਜ਼ਾ ਮਿਲੀ ਹੈ ਮਾਣਯੋਗ ਅਦਾਲਤ ਵੱਲੋਂ ਅਤੇ ਉਹ ਸੁਨਾਰੀਆ ਦੀ ਜੇਲ੍ਹ 'ਚ ਬੰਦ ਆ, ਕੀ ਖੱਟੜ ਸਰਕਾਰ ਇਹ ਦੱਸੂਗੀ ਮਨੋਹਰ ਲਾਲ ਖੱਟੜ, ਅਨਿਲ ਵਿਜ ਅਤੇ ਰਾਮ ਵਿਲਾਸ ਸ਼ਰਮਾ ਕਿ ਜੇ ਇਹ ਉਹਨਾਂ ਦੀਆਂ ਧੀਆਂ ਭੈਣਾਂ ਦੇ ਨਾਲ ਹੋਇਆ ਹੁੰਦਾ ਅਤੇ ਉਹ ਸਿਫਾਰਿਸ਼ ਕਰਦੇ ਉਹਦੀ ਪੈਰੋਲ ਦੀ, ਕਿ ਇਹ ਉਹਨਾਂ ਦੀਆਂ ਧੀਆਂ ਭੈਣਾਂ ਨਹੀਂ ਸੀਗੀਆਂ, ਤਾਂ ਕਰਕੇ ਉਹਨਾਂ ਨੇ ਇਸ ਤਰ੍ਹਾਂ ਦਾ ਸਿਫਾਰਿਸ਼ ਕਰ ਰਹੇ ਕਿ ਉਹਨੂੰ ਸੌਦਾ ਸਾਧ ਨੂੰ ਜਿਹੜੀ ਆ ਸਿਫਾਰਿਸ਼ ਦਿੱਤੀ ਜਾਵੇ, ਪੈਰੋਲ ਦਿੱਤੀ ਜਾਵੇ। ਮੈਂ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਜੇਕਰ ਉਹਨੂੰ ਪੈਰੋਲ ਦਿੱਤੀ ਗਈ, ਉਹਨੇ ਵਾਪਸ ਨਹੀਂ ਜਾਣਾ, ਉਹਨੂੰ ਜਦੋਂ ਡੇਰੇ 'ਚੋਂ ਕੱਢਿਆ 500-700 ਬੰਦੇ ਦਾ ਕਤਲ ਕਰਨਾ ਪਊਗਾ, ਫਿਰ ਸਰਕਾਰ ਨੂੰ ਕੋਰਟ ਦੇ ਹੁਕਮਾਂ 'ਤੇ ਉਹਨੂੰ ਲਿਜਾਣ ਵਾਸਤੇ। ਇਸ ਤੋਂ ਚੰਗਾ ਕਿ ਜਿਹੜਾ ਅੱਤਵਾਦੀਆਂ ਦਾ ਸਰਗਣਾ ਅਤੇ ਜਿਹਨੇ ਗੁਨਾਹਾਂ ਦਾ ਅੱਡਾ, ਅੱਤਵਾਦ ਦਾ ਅੱਡਾ ਬਣਾਇਆ ਸੀ ਡੇਰਾ ਸਰਸਾ, ਉਹਦੀ ਜੇਲ੍ਹ ਸੁਨਾਰੀਆ ਜਿਹੜੀ ਆ ਉਹ ਬੈਸਟ ਜਗ੍ਹਾ ਵਾ, ਉਹਨੂੰ ਉੱਥੇ ਰੱਖਿਆ ਜਾਣਾ ਚਾਹੀਦਾ। ਅਤੇ ਕੈਪਟਨ ਸਰਕਾਰ ਮੌੜ ਬੰਬ ਧਮਾਕਾ ਕਾਂਡ ਜਿਹਨੂੰ ਸਿੱਧਾ ਡੇਰੇ SIT ਨੇ ਸਿੱਧਾ ਡੇਰੇ ਦਾ ਹੱਥ ਦੱਸਿਆ, ਉਹਦੇ ਪੈਰੋਕਾਰਾਂ ਦਾ ਦੱਸਿਆ, ਸਾਰਾ ਕੁਝ ਸਾਹਮਣੇ ਆ ਗਿਆ। ਅਤੇ ਬਰਗਾੜੀ ਬੇਅਦਬੀ ਕਾਂਡ, ਮਹਿੰਦਰਪਾਲ ਬਿੱਟੂ ਅਤੇ ਬਾਕੀ ਜਿਹੜੇ ਫੜੇ ਆ, ਇਹ ਜਿਹੜੇ ਕੇਸ ਸਿੱਧੇ ਡੇਰੇ ਸਰਸੇ ਨਾਲ ਜੁੜੇ, SIT ਨੇ ਕਹਿ ਦਿੱਤਾ ਇਹਦੇ ਵਿੱਚ ਪ੍ਰੋਟੈਕਸ਼ਨ ਵਾਰੰਟ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਆਉਣਾ ਚਾਹੀਦਾ ਸੌਦਾ ਸਾਧ ਨੂੰ ਪੰਜਾਬ ਵਿੱਚ, ਇੱਥੇ ਕਿਸੇ CA ਸਟਾਫ ਵਿੱਚ ਲਿਆ ਕੇ ਮੂਢਾ ਪਾ ਕੇ ਉਹਦੀ ਇਨਵੈਸਟੀਗੇਸ਼ਨ ਕਰਕੇ ਉਹਨੂੰ ਪਟਾ ਫੇਰ ਕੇ ਉਹਦੀ ਸੱਚਾਈ ਕੱਢਣੀ ਚਾਹੀਦੀ ਹੈ ਕਿ ਉਹਨੇ ਮੌੜ ਬੰਬ ਧਮਾਕਾ ਕਿਉਂ ਕਰਾਇਆ, ਜਿੱਥੇ ਮਾਵਾਂ ਦੇ 6-7 ਪੁੱਤ ਮਾਰੇ ਗਏ, ਔਰ ਜਿੱਦਾਂ ਬੇਅਦਬੀ ਕਾਂਡ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਦੇ ਪੈਰੋਕਾਰਾਂ ਨੇ ਉਹਦੇ ਇਸ਼ਾਰੇ 'ਤੇ ਕੀਤੀ। ਕੈਪਟਨ ਸਰਕਾਰ ਕਿਹਦੇ ਦਬਾਅ 'ਚ ਆ? ਜੋ ਕੈਪਟਨ ਨੇ ਆ ਕੇ ਬਰਗਾੜੀ ਵਿਖੇ ਵਾਅਦੇ ਕੀਤੇ ਸੀਗੇ,
ਜਦੋਂ ਬੇਅਦਬੀ ਹੋਈ ਸੀ, ਸਹੁੰਆਂ ਖਾਧੀਆਂ ਸੀ, ਅੱਜ ਉਹ ਸਹੁੰਆਂ ਕਿੱਥੇ ਆ, ਵਾਅਦੇ ਕਿੱਥੇ ਆ, ਕੈਪਟਨ ਅਮਰਿੰਦਰ ਸਿੰਘ ਕਿਹਦੇ ਦਬਾਅ 'ਚ ਆ? ਪਹਿਲਾਂ ਬਾਦਲ ਡੇਰੇ ਸਰਸੇ 'ਤੇ ਉਹਦੇ ਪੈਰੋਕਾਰਾਂ ਨੂੰ ਸੁਰੱਖਿਆ ਦਿੰਦਾ ਰਿਹਾ, ਉਦਾਂ ਦੀ ਪੁਸਤ ਪੜ੍ਹਾਈ ਕਰਦਾ ਰਿਹਾ, ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸੁਰੱਖਿਆ ਦੇਣ ਲੱਗ ਗਿਆ। ਬੇਅਦਬੀ ਦੇ ਦੋਸ਼ੀ ਸ਼ਕਤੀ ਸਿੰਘ ਵਗੈਰਾ ਜਿਹੜੇ ਜਮਾਨਤ 'ਤੇ ਰਿਹਾਅ ਹੋ ਕੇ ਆਏ ਆ, ਉਹਨਾਂ ਨੂੰ ਗਨਮੈਨ ਅਤੇ ਸੁਰੱਖਿਆ, ਉਹਨਾਂ ਨੂੰ ਜਿਹੜੀ ਪੁਲਿਸ ਸਿਕਿਉਰਿਟੀ ਕਿਸ ਬਣਾ 'ਤੇ ਦਿੱਤੀ ਗਈ ਹੈ? ਕੀ ਕਤੇ ਬੇਅਦਬੀ ਦੇ ਦੋਸ਼ੀਆਂ ਨੂੰ, ਕਾਤਲਾਂ ਕੁਕਰਮੀਆਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ? ਇਹ ਕੈਪਟਨ ਸਰਕਾਰ ਜਵਾਬ ਦੇਵੇ, ਨਹੀਂ ਤਾਂ ਜਿਹੜੇ ਰਾਹ ਬਾਦਲਾਂ ਨੂੰ ਤੋਰਿਆ ਪੰਜਾਬ ਦੇ ਲੋਕਾਂ, ਉਸੇ ਰਾਹ ਕੈਪਟਨ ਨੂੰ ਤੋੜਨਗੇ। ਅਸੀਂ ਨਾ ਦਾਣੇ ਸੁਖਬੀਰ ਬਾਦਲ ਤੋਂ ਲੈਣੇ ਆ, ਨਾ ਕੈਪਟਨ ਅਮਰਿੰਦਰ ਸਿੰਘ ਤੋਂ ਲੈਣੇ ਆ, ਅਸੀਂ ਧਰਮ ਦਾ ਪ੍ਰਚਾਰ ਕਰਨ ਵਾਲੇ ਲੋਕ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।